ਉਹਨਾਂ ਦਾ ਧੰਨਵਾਦ, ਸਾਰੀ ਕਮੇਟੀ ਦਾ ਧੰਨਵਾਦ ਕਰਦਾ। ਹੋਰ ਕੁਸ਼ਚਨ ਦੇ ਭਾਜੀ? ਪੁਆਇੰਟ ਤੇ ਵੀ ਆਈ ਹੈ। ਇੱਕ ਲੱਖ ਰੁਪਈਆ ਸਾਡੇ ਜਿਹੜੇ ਸਪੋਰਟਸ ਵਾਲੇ ਉਹਨਾਂ ਵਾਸਤੇ, 1 ਲੱਖ ਰੁਪਏ ਦਾ ਚੈੱਕ ਜਿਮ ਵਾਸਤੇ, ਉਹ ਤਾਂ ਹੁਣੇ ਆਣ ਕੇ ਨੌਜਵਾਨ ਸਾਥੀ ਲੈ ਲੈਣ, ਤੇ 5 ਲੱਖ ਰੁਪਈਆ ਪਿੰਡ ਦੇ ਵਿਕਾਸ ਲਈ ਮੈਂ ਹੋਰ ਭੇਜ ਦਿਆਂਗਾ 10 ਦਿਨ 'ਚ। ਹੋਰ ਜਿੰਨਾ ਇਹ ਪਿੰਡ, ਕਿਉਂਕਿ ਇਸ ਗੱਲ ਦੀ ਮੈਨੂੰ ਖੁਸ਼ੀ ਹੈ, 7 ਲੱਖ ਰੁਪਈਆ 10 ਦਿਨ ਵਿੱਚ ਪਿੰਡ ਦੇ ਵਿਕਾਸ ਲਈ ਹੋਰ ਅਸੀਂ ਭੇਜ ਦਿਆਂਗੇ। ਪਿੰਡਾਂ 'ਚ ਵਿਕਾਸ ਦੀ ਜਿਹੜੀ ਹਨੇਰੀ ਹੈ ਉਹ ਪੂਰੀ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਚੱਲ ਰਹੀ ਹੈ, ਤੇ ਸਰਕਾਰ ਹਰ ਪਾਸੇ ਪਿੰਡਾਂ ਦੇ ਵਿਕਾਸ ਲਈ ਤਤਪਰ ਹੈ। ਪਿੰਡਾਂ 'ਚ ਚਾਹੇ ਗਲੀਆਂ ਨਾਲੀਆਂ ਹੋਣ, ਚਾਹੇ ਨੌਜਵਾਨਾਂ ਦੇ ਜਿੰਮ ਹੋਣ, ਗਰਾਊਂਡਾਂ ਹੋਣ ਜਾਂ ਸਕੂਲ ਹੋਣ, ਉਹਨਾਂ ਵਿੱਚ ਵਿਸ਼ੇਸ਼ ਧਿਆਨ ਅਸੀਂ ਦੇ ਰਹੇ ਹਾਂ। 2 ਕਰੋੜ ਰੁਪਈਆ ਸਰਕਾਰੀ ਸਕੂਲਾਂ ਲਈ, ਇਲਾਕੇ ਦੇ ਸਰਕਾਰੀ ਸਕੂਲਾਂ ਲਈ 2 ਕਰੋੜ ਰੁਪਈਆ ਅਲੱਗ ਅਲੱਗ ਸਕੂਲਾਂ ਨੂੰ ਅਸੀਂ ਭੇਜ ਰਹੇ ਹਾਂ, ਤੇ ਪਿੰਡਾਂ ਦੇ ਵਿਕਾਸ ਲਈ ਕੋਈ 22 ਕਰੋੜ ਰੁਪਈਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਭੇਜ ਰਹੀ ਹੈ, ਤਾਂ ਕਿ ਪਿੰਡਾਂ ਦਾ ਕੋਈ ਕੰਮ ਜਿਹੜਾ ਡਿਵੈਲਪਮੈਂਟ ਦਾ ਜਿਹੜਾ ਉਹ ਰਹੇ ਨਾ। ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ, ਸੜਕਾਂ ਦਾ ਕੰਮ ਵੀ ਤਕਰੀਬਨ ਸ਼ੁਰੂ ਹੋ ਗਿਆ, ਆਪਣੇ ਕਰਾੜੀ ਵਾਲੀ ਸੜਕ ਵੀ ਸ਼ੁਰੂ ਹੋ ਗਈ ਹੈ, ਤੇ ਸੰਘਵਾਲ ਵਾਲੀ ਸੜਕ ਵੀ ਸ਼ੁਰੂ ਹੋ ਗਈ ਬਣਨੀ, ਨਿਜ਼ਾਮਦੀਨਪੁਰ ਜਿਹੜੀ ਸੜਕ ਆਉਂਦੀ ਆਪਣੇ ਪਠਾਨਕੋਟ ਰੋਡ ਤੋਂ ਉਹ ਵੀ ਬਣਨੀ ਸ਼ੁਰੂ ਹੋ ਗਈ, ਸ਼ੀਤਲਪੁਰ ਤੱਕ ਉਹ ਵੀ ਸੜਕ ਦਾ ਕੰਮ ਸ਼ੁਰੂ ਹੋ ਗਿਆ, ਕਿਸ਼ਨਪੁਰ ਦਾ ਵੀ ਜਹਦਾਰ ਸਾਹਿਬ ਹੋ ਗਿਆ ਕੰਮ ਬਣਨਾ, ਤੇ ਉੱਦਾਂ ਦੂੜੇ ਵਾਲੀ ਸੜਕ ਵੀ ਸ਼ੁਰੂ ਕਰਾ ਦਿੱਤੀ ਹੈ, ਸੜਕਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ, ਪਿੰਡਾਂ 'ਚ ਵਾਸਤੇ ਵੀ ਗ੍ਰਾਂਟਾਂ ਦੇ ਰਹੇ ਹਾਂ। ਹੋਰ ਤੁਸੀਂ ਹੁਕਮ ਕਰੋਗੇ, ਕਿਉਂਕਿ ਇਹੀ ਸਰਕਾਰ ਜਿਹੜੀ ਦਾ ਵਿਕਾਸ ਕਰਦੀ ਹੈ, ਜਿਹੜੀ ਪਿੰਡਾਂ ਬਾਰੇ ਸੋਚਦੀ ਹੈ, ਚਾਹੇ ਕਿਸਾਨ ਹੋਏ ਚਾਹੇ ਪਿੰਡ ਦਾ ਮਜ਼ਦੂਰ ਹੋਏ, ਜੇ ਉਹਦੀ ਕਿਸੇ ਨੇ ਬਾਂਹ ਫੜੀ ਹੈ ਤੇ ਸ਼੍ਰੋਮਣੀ ਪਾਰਟੀ ਦੀ ਸਰਕਾਰ ਨੇ, ਤੁਹਾਡਾ ਮਾਇਕ ਧੋਖਾ ਤੇ ਇਸ ਕਰਕੇ ਆਪਾਂ ਸਾਰੇ ਵਿਕਾਸ ਲਈ ਅੱਗੇ ਹੋ ਕੇ ਸਾਰੇ ਕੰਮ ਕਰੀਏ। ਜਿੰਨਾ ਜਿੰਨਾ ਪੈਸਾ ਪੰਚਾਇਤਾਂ ਨੂੰ ਆਵੇ ਉਹ ਕਿਰਪਾ ਕਰਕੇ ਤੁਰੰਤ ਪੈਸਾ ਉਹ ਖਰਚ ਕਰ ਦਿਓ ਉਸ ਕੰਮ ਵਾਸਤੇ, ਤਾਂ ਕਿ ਅਸੀਂ ਹੋਰ ਪੈਸਾ ਜਿਹੜਾ ਮੁੱਖ ਮੰਤਰੀ ਜੀ ਕੋਲੋਂ ਮੰਗ ਸਕੀਏ, ਲੈ ਸਕੀਏ ਤੇ ਤੁਹਾਨੂੰ ਦੇ ਸਕੀਏ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਬਹੁਤ ਬਹੁਤ ਸੰਗਤ ਦਾ। ਯੂਥ ਵਾਲੇ ਮੁੰਡੇ ਆ ਜਾਣ ਤੇ 1 ਲੱਖ ਰੁਪਈਏ ਦਾ ਚੈੱਕ ਲੈ ਜਾਣ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਬਹੁਤ ਧੰਨਵਾਦ ਸ਼੍ਰੀ ਪਵਨ ਕੁਮਾਰ ਟੀਨੂ ਜੀ, ਬਹੁਤ ਵੱਡਾ ਮਾਣ ਦਿੰਦੇ ਨੇ ਸਪੋਰਟਸ ਕਲੱਬ ਨੂੰ, ਜਿਮ ਵਾਸਤੇ 1 ਲੱਖ ਰੁਪਏ ਦਾ ਚੈੱਕ ਦੇ ਰਹੇ ਨੇ। ਬਈ 75 ਦੀਆਂ ਟੀਮਾਂ ਆ ਜਾਓ ਜੀ, 75 ਕਿਲੋ ਭਾਰ ਵਾਹਿਗ ਫਾਰਮ ਤੇ ਸੈਕੰਡ ਜਗਮੇਲ ਸਿੰਘ ਜੀ ਢਿੱਲੋਂ ਚੇਅਰਮੈਨ ਸਾਹਿਬ, ਮਾਰਕੀਟ ਕਮੇਟੀ ਭੋਗਪੁਰ ਸੁਰਜੀਤ ਸਿੰਘ ਜੀ ਗਾਖਲ ਚੇਅਰਮੈਨ, ਉਹ ਵੀ ਸਾਡੇ ਦਰਮਿਆਨ ਪੁੱਜੇ ਨੇ। ਧੰਨਵਾਦ ਜੀ ਆਪ ਨੂੰ ਸਾਡੇ। ਹਾਂਜੀ, ਦਰਸ਼ਨ ਸਿੰਘ ਜੀ, ਲਸ਼ਕਰ ਸਿੰਘ ਜੀ ਘੁਮਿਆਰੇ ਤੋਂ,
ਤੇ ਸੁਰਜੀਤ ਸਿੰਘ ਜੀ ਘੁਮਿਆਰੇ ਤੋਂ ਪੁੱਜੇ ਨੇ ਜੀ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਸਾਡਾ ਵੀਰ ਜੋਤੀ ਪੁੱਜਿਆ ਕਪੂਰ ਪਿੰਡ ਤੋਂ ਨੂਪੀ, ਸਾਡਾ ਪੰਡੋਰੀ ਤੋਂ ਰਵੀ ਕਠਾਰ ਤੋਂ ਪੁੱਜਿਆ ਜੀ, ਬਹੁਤ ਬਹੁਤ ਸਵਾਗਤ ਹੈ ਇਹਨਾਂ ਵੀਰਾਂ ਦਾ, ਬਹੁਤ ਬਹੁਤ ਜੀਆਂ ਨੂੰ, ਨੂਪੀ ਵੀਰ ਦਾ, ਰਵੀ ਦਾ ਤੇ ਜੋਤੀ ਦਾ ਬਹੁਤ ਬਹੁਤ ਧੰਨਵਾਦ। 1 ਲੱਖ ਦਾ ਚੈੱਕ ਹੈ ਮੇਰੇ ਵੀਰੋ, ਇਹ ਸ਼੍ਰੀ ਪਵਨ ਕੁਮਾਰ ਟੀ ਨੂੰ ਜੀ ਦੇ ਰਹੇ ਨੇ ਜਿਮ ਵਾਸਤੇ, ਤੇ 7 ਲੱਖ ਰੁਪਈਆ ਪਿੰਡ ਦੇ ਵਿਕਾਸ ਵਾਸਤੇ। ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ, ਬਹੁਤ ਬਹੁਤ ਧੰਨਵਾਦ। ਹਾਂਜੀ ਆਓ ਜੀ, 75 ਦੀ ਫਸਟ ਆਓ, ਫਸਟ ਸ਼ਕਰਪੁਰ। ਹਾਂਜੀ ਸਾਡੇ ਪਾਲਾ ਰੰਧਾਵਾ ਜੀ, ਅਜੀਤ ਸਿੰਘ ਜੀ, ਰੰਧਾਵਾ ਸਾਹਿਬ, ਜੁਗਲ ਕਿਸ਼ੋਰ ਜੀ ਪੁੱਜੇ ਨੇ ਜੀ ਰੰਧਾਵਾ ਮਸੰਦਾ ਪਿੰਡ ਤੋਂ, ਬਹੁਤ ਤੇ ਸ਼ਰਨਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਜੀਆਂ ਨੂੰ। 75 ਕਿਲੋ ਦੀਆਂ ਕਲਬਾਂ ਜੀ, ਫਸਟ ਤੇ ਸੈਕਿੰਡ ਸ਼੍ਰੀ ਪਵਨ ਕੁਮਾਰ ਟੀ ਨੂੰ ਜੀ ਮਾਣ ਦੇਣਗੇ, ਇਹ ਸਤਿਕਾਰ ਜਿਹੜਾ ਦਿੱਤਾ ਜਾਵੇਗਾ। ਆਓ ਜੀ 75 ਫਸਟ। ਹਾਂਜੀ ਫਸਟ ਸ਼ਕਰਪੁਰ, ਮੈਚ ਵੀ ਬੜਾ ਤਕੜਾ ਚੱਲ ਰਿਹਾ ਉਧਰਲੇ ਪਾਸੇ, ਤੇ ਇਹਦੇ ਪਾਸੇ ਦੋ ਸਨਮਾਨ ਦੇਣੇ ਆ ਰੁਪਿੰਦਰ ਜੀ, ਉਸ ਤੋਂ ਬਾਅਦ ਮਾਈਕ ਜਿਹੜਾ ਤੁਹਾਨੂੰ ਅਸੀਂ ਪਹੁੰਚਦਾ ਕਰ ਦੇਣਾ। ਤੇ ਇਧਰਲੇ ਪਾਸੇ ਫਸਟ ਪ੍ਰਾਈਜ਼ ਸ਼ਕਰਪੁਰ ਦੀ ਟੀਮ 25,000 ਰੁਪਈਆ ਜਿਹੜਾ ਮਾਨ ਸਨਮਾਨ ਸਾਡੇ ਸਤਿਕਾਰਯੋਗ ਦੀਦਾਰ ਸਿੰਘ ਜੀ ਕੈਨੇਡਾ ਵਾਲਿਆਂ ਵੱਲੋਂ ਦਿੱਤਾ ਗਿਆ ਹੈ, ਸਾਡੇ ਓਂਕਾਰ ਸਰਦਾਰ ਸਵੀਟ ਹਾਊਸ ਵਾਲੇ ਸ਼੍ਰੀ ਪਵਨ ਕੁਮਾਰ ਟੀਨੂ ਜੀ, ਸ਼ਿੰਦਾ ਜੀ, ਨਿਜ਼ਾਮਦੀਨਪੁਰ, ਜਗਮੀਲ ਢਿੱਲੋ ਜੀ ਔਰ ਸੁਰਜੀਤ ਸਿੰਘ ਜੀ ਗਾਖਲ ਮਾਨ ਸਨਮਾਨ ਦਿੰਦੇ ਹੋਏ। ਹਾਂਜੀ ਮਾਲੂਪੁਰ ਦੀ ਟੀਮ ਸੈਕਿੰਡ, ਜੰਟਾ ਚਾਹਲ ਜੀ ਆਸਟ੍ਰੇਲੀਆ ਵਾਲੇ, ਉਹਨਾਂ ਵੱਲੋਂ ਦੂਸਰਾ ਇਹਨਾਂ ਨੂੰ 21,000 ਰੁਪਈਆ ਦਿੱਤਾ ਜਾ ਰਿਹਾ ਹੈ। ਮਾਲੂਪੁਰ ਦੀ ਟੀਮ ਜਗਮੇਲ ਸਿੰਘ ਜੀ ਢਿੱਲੋ, ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ, ਸ੍ਰੀ ਪਵਨ ਕੁਮਾਰ ਟੀਨੂ ਜੀ, ਸਰਦਾਰ ਓਂਕਾਰ ਸਿੰਘ ਜੀ, ਸਮਰਾਟ ਸਵੀਟ ਹਾਊਸ ਭੋਗਪੁਰ। ਆਓ ਜੀ 45 ਕਿਲੋ, ਨਿਜ਼ਾਮ ਜਸਵਿੰਦਰ ਸਿੰਘ ਜੀ ਮੋਖੇ ਤੋਂ ਪੁੱਜੇ ਨੇ ਜੀ, ਉਹਨਾਂ ਦਾ ਵੀ ਧੰਨਵਾਦ ਹੈ। ਜਸਵਿੰਦਰ ਸਿੰਘ ਜੀ ਮੋਖੇ ਪਿੰਡ ਤੋਂ, ਇਹ ਮਾਨ ਸਨਮਾਨ ਜਿਹੜਾ ਸ੍ਰੀ ਪਵਨ ਕੁਮਾਰ ਟੀਨੂ ਜੀ ਅੱਜ ਪਿਆਰ ਜਿਹੜਾ ਲੈ ਕੇ ਪੁੱਜੇ ਨੇ, ਤੇ ਸਾਡੇ ਸ਼ਿੰਦਾ ਜੀ ਹੁਣਾਂ ਦੇ ਪਿਆਰ ਦੀ ਜਿਹੜੀ ਅੱਜ ਖਿੱਚ ਹੈ, 7 ਲੱਖ ਰੁਪਈਆ ਪਿੰਡ ਦੇ ਵਿਕਾਸ ਵਾਸਤੇ ਦਿੱਤਾ ਮਾਨ ਸਨਮਾਨ। ਹਾਂਜੀ 45 ਕਿਲੋ ਆਓ ਜੀ, 45 ਕਿਲੋ ਫਸਟ ਹਰਦੋ ਫਰਾਲਾ ਤੇ ਸੈਕਿੰਡ ਨਿਜ਼ਾਮਦੀਨਪੁਰ। ਹਾਂਜੀ ਬਹਿਲ ਸਾਹਿਬ, ਹਾਂਜੀ ਪ੍ਰਿਥੀ ਜੀ ਆਓ ਨਾਲ। ਮਾਨ ਸਨਮਾਨ ਇਹ ਪਿਆਰ ਅੱਜ ਸਰਕਾਰ ਦਿੱਤਾ ਜਾ ਰਿਹਾ ਹੈ, ਸਰਦਾਰ ਓਂਕਾਰ ਸਿੰਘ ਜੀ ਸਮਰਾਟ ਸਵੀਟ ਹਾਊਸ ਵਾਲੇ ਮਾਨ ਬਣੇ ਨੇ ਸਾਡੇ ਖੇਡ ਮੇਲੇ ਦਾ, 25,000 ਰੁਪਏ ਦਾ ਯੋਗਦਾਨ ਦਿੱਤਾ। 45 ਕਿਲੋ ਆਓ ਜੀ, ਬਹਿਲ ਸਾਹਿਬ ਦਾ ਸਨਮਾਨ। ਇਸ ਤੋਂ ਬਾਅਦ 45 ਕਿਲੋ, ਚਲੋ ਜੀ 45 ਕਿਲੋ ਫਸਟ, 45 ਕਿਲੋ। ਹਾਂਜੀ ਬਾਇਰਾ ਖੁੱਲਾ ਕਰੋ ਥੋੜ੍ਹਾ ਜਿਹਾ, ਬਾਇਰਾ ਥੋੜ੍ਹਾ ਜਿਹਾ ਖੁੱਲਾ ਕਰਦੇ ਅੱਗੇ। 45 ਕਿਲੋ ਦੀ ਟੀਮ ਜਿਹੜੀ ਆ ਉਹ ਮਾਨ ਸਨਮਾਨ ਪ੍ਰਾਪਤ ਕਰ ਰਹੀ ਆ। ਆਓ ਜੀ ਸੈਕਿੰਡ ਨਿਜ਼ਾਮਦੀਨ ਭਰਾਓ, ਨਿਜ਼ਾਮਦੀਨਪੁਰ ਦੀ ਟੀਮ ਸੈਕਿੰਡ। ਹਾਂਜੀ ਕਬੱਡੀ 45 ਕਿਲੋ ਟੀਨੂ ਸਾਹਿਬ, ਹਾਂਜੀ ਬਹਿ ਜਾਓ ਬਹਿ ਜਾਓ ਬੈਠ ਜਾਓ। ਹਾਂਜੀ ਇਹ ਮਾਨ ਸਨਮਾਨ ਨਿਜ਼ਾਮਦੀਨਪੁਰ ਦੀ ਟੀਮ ਨੂੰ ਦਿੱਤਾ ਜਾ ਰਿਹਾ। ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਹਾਂਜੀ ਆ ਲੜਕੀ ਨੇ ਰੇਸ ਲਗਾਈ ਹੈ ਸਾਡੇ ਖੇਡ ਮੈਦਾਨ ਦੇ ਵਿੱਚ, ਉਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਹੈ ਸਤਿਕਾਰਯੋਗ
ਪਵਨ ਕੁਮਾਰ ਟੀਨੂ ਜੀ, ਸਰਦਾਰ ਓਮਕਾਰ ਸਿੰਘ ਜੀ, ਸਮਰਾਟ ਸਵੀਟ ਹਾਊਸ ਸੁਰਜੀਤ ਸਿੰਘ ਜੀ ਗਾਂਕਲ, ਚੇਅਰਮੈਨ ਜਗਮੀਲ ਢਿੱਲੋਂ ਜੀ, ਚੇਅਰਮੈਨ ਸਾਹਿਬ ਸ਼ਿੰਦਾ ਨਿਜ਼ਾਮਦੀਨਪੁਰ ਤਿਰਥੀ ਜੀ, ਸਾਰੀਆਂ ਸ਼ਖਸੀਅਤਾਂ, ਗੁਰਜੀਤ ਸਿੰਘ ਜੀ, ਹਰਜੀਤ ਸਿੰਘ ਜੀ, ਮਾਨ ਦਿੰਦੇ ਹੋਏ ਜੁਗਲ ਕਿਸ਼ੋਰ ਜੀ, ਸਰਦਾਰ ਅਜੀਤ ਸਿੰਘ ਜੀ, ਹਾਂਜੀ ਪਵਨ ਕੁਮਾਰ ਟੀਨੂ ਜੀ ਹੋਣਾ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਔਰ ਅਗਲੀ ਗੱਲ ਜੋ ਖੇਡ ਮੈਦਾਨ ਵਿੱਚ ਕੀਤੀ ਜਾਵੇਗੀ ਇਸ ਗਰਾਊਂਡ ਦੇ ਵਿੱਚ ਕਬੱਡੀ ਦੀ, ਬਹੁਤ ਹਾਂਜੀ ਫਤਿਹਗੜ੍ਹ ਸਾਹਿਬ ਤੋਂ ਆ ਛੋਟੀ ਜਿਹੀ ਬੱਚੀ, ਹਾਂਜੀ ਲਓ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਟਾਊ ਹੈਰੀਟੇਜ ਕਬੱਡੀ ਕਲੱਬ ਘੋਗੀਸ਼ੋਰ ਦੀ ਟੀਮ ਹੈ, ਸੁੱਖੇ ਘੋਗੀਸ਼ੋਰ ਉਹਨਾਂ ਦੀ, ਔਰ ਦੂਜੇ ਪਾਸੇ ਕਹਿੰਦੇ ਟੀਮ ਸੰਤ ਈਸਰ ਸਿੰਘ ਕਬੱਡੀ ਕਲੱਬ ਸਾਹਿਬ, ਮਹਾਨ ਕਬੱਡੀ ਖਿਡਾਰੀ ਧਨੌਲੇ ਵਾਲੇ ਜਗਤਾਰ ਦੀ ਟੀਮ ਹੈ, ਪਰ ਆਹ ਮੁੰਡਾ ਕਹਿੰਦੇ ਪਿਛਲੀ 21 ਦਸੰਬਰ ਨੂੰ ਚੜਿੰਕ ਦੇ ਟੂਰਨਾਮੈਂਟ ਦੇ ਵਿੱਚੋਂ 4 ਟਰੈਕਟਰ ਦਾ ਜੇਤੂ ਹੋਇਆ ਹੈ, ਇਹ ਯੋਧਾ ਵਾਲਾ ਮੰਦਿਰ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਚਾਰ ਜਾਫਿਆਂ ਦੇ ਵਿੱਚੋਂ ਨੋਨਾ ਭੈਣੀ ਵਾਲਾ ਜੱਸਾ ਗੋਂਦਪੁਰੀਆ ਜ਼ਿਲ੍ਹੇ ਹੁਸ਼ਿਆਰਪੁਰ ਨੌਜਵਾਨ ਕਰਦਾ ਹੋਇਆ ਕੋਸ਼ਿਸ਼ ਤੇ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ ਹੈ, ਪੁਆਇੰਟ ਤਾਊ ਕਬੱਡੀ ਕਲੱਬ ਘੋਗੀਸ਼ੋਰ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ। ਮਾਰੂ ਦਾ ਕਹਿੰਦੇ ਫੁੱਲਾਂ ਵਾਲ ਪਿੰਡ ਹੈ ਮੇਰੇ ਵੀਰੋ, ਲੁਧਿਆਣੇ ਦੇ ਲਾਗੇ ਫੁੱਲਾਂ ਵਾਲ ਪਿੰਡ ਦਾ ਜੰਪਲ ਜਿੱਥੋਂ ਦੇ ਇੰਦਰਜੀਤ ਉਹਨਾਂ ਦਾ ਨਾਂ, ਸ਼ਿੰਦਰੀ ਦਾ ਨਾਂ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਹੈ, ਤੇ ਸਾਹਮਣੇ ਬਲਜੀਤ ਸੈਦੋਗੇ ਵਾਲਾ ਕਬੱਡੀ ਦਾ ਫਲੱਡ ਜਾਫੀ ਕਰਦਾ ਕੋਸ਼ਿਸ਼ ਜਫਾ ਲਾਉਣ ਦੀ, ਤੇ ਪੁਆਇੰਟ ਮੱਲੀ ਸਾਹਿਬ ਦਾ ਫੈਸਲਾ ਹੋ ਚੁੱਕਾ ਹੈ ਵੀ ਬਲਜੀਤ ਸੈਦੋਗੇ ਵਾਲੇ ਨੇ ਘੋਗੀਸ਼ੋਰ ਦੀ ਟੀਮ ਦੇ ਲਈ ਜੋੜ ਦਿੱਤਾ ਹੈ, ਪੁਆਇੰਟ ਜਾਫੀ ਦੇ ਹਿੱਸੇ ਜਾ ਜੁੜਿਆ। ਲੈ ਵੀ ਸੁੱਖਿਆ ਇਸ ਨੌਜਵਾਨ ਦਾ ਨਾਂ ਦੱਸ ਵੀ ਕੀ ਹੈ ਜਿਹੜਾ ਹੁਣ ਕਬੱਡੀ ਪਾ ਰਿਹਾ, ਇਹ ਹੈ ਗੋਸਲ ਪਿੰਡ ਹੈ ਮੇਰੇ ਵੀਰੋ ਇਸ ਨੌਜਵਾਨ ਦਾ। ਲਓ ਹਰਮਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਐਸਪੀ ਹੈੱਡਕੁਆਟਰ ਸਰਦਾਰ ਕੁਲਵੰਤ ਸਿੰਘ ਜੀ ਹੀਰ ਸਾਡੇ ਦਰਮਿਆਨ ਮਾਣ ਬਣੇ ਨੇ ਸਾਡੇ ਖੇਡ ਮੇਲੇ ਦਾ, ਮੈਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ। ਐਸਪੀ ਹੈੱਡਕੁਆਟਰ ਸਰਦਾਰ ਕੁਲਵੰਤ ਸਿੰਘ ਜੀ ਹੀਰ ਸਾਡੇ ਦਰਮਿਆਨ ਪੁੱਜੇ ਨੇ, ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਬਹੁਤ ਬਹੁਤ ਜੀਆਂ ਨੂੰ। ਅੱਜ ਨਿਜ਼ਾਮਦੀਨ ਪ੍ਰਦੇਸ਼ ਖੇਡ ਮੇਲੇ ਦੇ ਵਿੱਚ ਸਾਡੇ ਦਰਮਿਆਨ ਸਾਡੇ ਖੇਡ ਮੇਲੇ ਦਾ ਮਾਣ ਵਧਾਉਣ ਵਾਸਤੇ ਪੁੱਜੇ ਨੇ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਜੀ ਹੀਰ ਐਸਪੀ ਹੈੱਡਕੁਆਟਰ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਜੀਆਂ ਨੂੰ। ਓਵਰ ਟੂ ਗਰਾਊਂਡ। ਲਓ ਨਾ ਢਿਝੋਟ ਮੇਰੇ ਵੀਰੋ, ਛਪਾਰ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਅਹਿਮਦਗੜ੍ਹ ਦੇ ਲਾਗੇ ਛਪਾਰ ਪਿੰਡ ਬੜਾ ਮਸ਼ਹੂਰ ਹੈ, ਕਦੇ ਲੋਕ ਬੋਲੀਆਂ ਦੇ ਵਿੱਚ ਗੱਲਾਂ ਹੋਈਆਂ ਕਿ ਮੇਲਾ ਤਾਂ ਛਪਾਰ ਲੱਗਦਾ, ਜਿਹੜਾ ਲੱਗਦਾ ਜਗਤ ਤੋਂ ਭਾਰੀ। ਮਧੂ ਜੀ ਜਫਾ ਕਿਹਨੇ ਲਾਇਆ ਦੱਸੋ ਜਰਾ, ਇੱਕ ਵਾਰੀ ਹੱਥ ਖੜਾ ਕਰਕੇ ਜਾਫੀ ਦੱਸੂਗਾ। ਲਾ ਤਕੜਾ ਜਫਾ ਰਾਣਾ ਸਾਹਿਬ ਦੀ ਟੀਮ ਦਾ, ਸਿਮਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਪਾਉਣ ਦਾ ਵਾਧਾ ਕਰ ਰਿਹਾ ਹੈ। ਇਹ ਹੈ ਗੋਲੇ ਜਰਗਵਾਲੇ ਦਾ ਪੁੱਤਰ ਪਿੰਕਾ ਜਰਗਵਾਲਾ, ਜਿਸ ਖਿਡਾਰੀ ਨੂੰ ਤੁਸੀਂ ਲੀਗ ਦੇ ਵਿੱਚ ਖੇਡਦਿਆਂ ਵੇਖਿਆ ਹੈ, ਪਰ ਦੂਜੇ ਪਾਸੇ ਕਹਿੰਦੇ ਕਿੰਦੀ ਯੋਧਾ ਵਾਲਾ ਕਰਦਾ ਹੋਇਆ ਕੋਸ਼ਿਸ਼, ਜਫਾ ਲੱਗੂ ਕਿ ਨਹੀਂ, ਜਿਹਨੂੰ ਜਿਹਨੂੰ ਜਫੇ ਦਾ ਸਵਾਦ ਆ ਰਿਹਾ ਤਾੜੀ ਜ਼ਰੂਰ ਮਾਰ ਕੇ ਦੱਸਣਗੇ ਦਰਸ਼ਕ ਵੀਰ। ਲਓ ਪੁਆਇੰਟ ਮੱਲੀ ਸਾਹਿਬ ਕਹਿੰਦੇ ਵੀ ਕਵਰ ਹੋ ਚੁੱਕਿਆ ਹੈ, ਤੇ ਪੁਆਇੰਟ ਨਾ ਤੇ ਰੇਡਰ ਦਾ ਹੈ ਨਾ ਸਟੋਪਰ ਦਾ ਹੈ। ਲਓ ਤਰਇੰਦਰ ਸਿੰਘ ਨੰਨੀ ਗੋਪਾਲ ਚੜ੍ਹਦਾ ਨੌਜਵਾਨ ਦੀ, ਸਰਦਾਰ ਹਰਸ਼ਰ ਸਿੰਘ ਦਾ ਪੁੱਤਰ ਹੈ,
ਦੁਨੀਆ ਦੇ ਵਿੱਚ ਨਾਮ ਹੈ ਵੀਰਿਓ। ਰੂਮੀ ਦੇ ਕਬੱਡੀ ਕੱਪ ਦਾ 9-11 ਦਾ ਜੇਤੂ, ਲਾਂਡਰਾਂ ਦੇ ਵਿੱਚੋਂ ਕਹਿੰਦੇ ਲੰਡੀ ਜੀਪ ਜਿੱਤੀ ਹੈ, ਤੁਹਾਡੇ ਇਲਾਕੇ ਦਾ ਮਾਣ ਹੈ ਮੇਰੇ ਵੀਰਿਓ, ਇਹਨਾਂ ਪਿੰਡਾਂ ਦਾ ਮਾਣ। ਗੋਪਾਲਪ੍ਰਿਆ ਨੰਨੀ ਸੁਖੇ ਘੋ ਕਿਸ਼ੋਰ ਦਾ ਚੰਡਾ ਹੋਇਆ, ਆਪਣੀ ਟੀਮ ਦੇ ਲਈ 1 ਲੱਖਾਂ 'ਚ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਪੁਆਇੰਟ ਤਾਊ ਕਬੱਡੀ ਕਲੱਬ ਮੇਰੇ ਵੀਰੋ ਘੋ ਕਿਸ਼ੋਰ ਦੀ ਟੀਮ ਦੇ ਹਿੱਸੇ ਜਾ ਜੁੜਿਆ। ਬੜਾ ਫਸਵਾਂ ਮੁਕਾਬਲਾ ਅੱਜ ਦੇ ਦਿਨ ਦਾ ਤੀਜਾ ਮੈਚ ਖੇਡਿਆ ਜਾ ਰਿਹਾ ਹੈ। ਘੋੜਾ ਮੇਰੇ ਵੀਰਿਓ ਏ ਆਰ ਰਾਜਾ ਘੋੜਾ ਕਲਸੀਆਂ ਪਿੰਡ ਦਾ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ। ਉਧਰ ਮੱਖਣ ਧਾਲੀਵਾਲ ਜੀ ਉਹ ਵੀ ਚੇਚੇ ਤੌਰ ਤੇ ਪੁੱਜੇ ਹੋਏ ਹੈ, ਸਾਰੀ ਫੈਡਰੇਸ਼ਨ ਦਾ ਕਮਿਕਾਉਣਾ ਦਾ ਨਾਲ ਸਾਡੇ ਮੱਖਣ ਸਿੰਘ ਜੀ ਚਿੜਕ ਮੇਰੇ ਵੀਰਿਓ। ਅਗਲੇ ਮੈਚ ਦੀਆਂ ਟੀਮਾਂ ਨਾਲ ਮੇਰੀ ਬੇਨਤੀ, ਮੌਲੀ ਵੈਦਵਾਨ ਕਬੱਡੀ ਕਲੱਬ ਵਰਸ, ਦੂਸਰੇ ਪਾਸੇ ਪੱਤੋ ਹੀਰਾ ਸਿੰਘ ਹਰਜੀਤ ਫਰੈਂਡ ਕਬੱਡੀ ਕਲੱਬ, ਲਓ ਸਿੰਮਾ ਤੇ ਯੋਧਾ ਵਾਲਾ ਮੰਦਿਰ, ਮਹਾਨ ਕਬੱਡੀ ਖਿਡਾਰੀ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਐਸਪੀ ਸਾਹਿਬ, ਐਸਪੀ ਹੈੱਡਕੁਆਟਰ ਸਰਦਾਰ ਕੁਲਵੰਤ ਸਿੰਘ ਜੀ ਹੀਰ ਸਾਹਿਬ, ਉਹ ਵੀ ਸਾਡੇ ਦਰਮਿਆਨ ਅਚੇਚੇ ਤੌਰ ਤੇ ਪੁੱਜੇ ਹੈ। ਅੱਜ ਸਾਰੀਆਂ ਪੰਜਾਬ ਪੁਲਿਸ ਦੀਆਂ ਮਾਣਯੋਗ ਸ਼ਖਸੀਅਤ ਪਹਿਲਾਂ ਆਈਜੀ ਸਾਹਿਬ ਪੁੱਜੇ, ਹੁਣ ਐਸਪੀ ਸਾਹਿਬ ਸਾਡੇ ਦਰਮਿਆਨ ਪੁੱਜੇ ਹੈ। ਇਹ ਪਿਆਰ ਹੈ ਮੇਰੇ ਵੀਰਿਓ, ਇਹ ਯਾਰੀ ਹੈ ਸਮੁੱਚੇ ਸਾਰੇ ਪ੍ਰਬੰਧਕਾਂ ਦੇ ਨਾਲ, ਸੁਰਿੰਦਰ ਸਿੰਘ ਜੀ ਸ਼ਿੰਦੇ ਉਹਨਾਂ ਦੇ ਨਾਲ ਪਿਆਰ ਹੈ, ਸਮੁੱਚੇ ਨਗਰ ਦੇ ਨਾਲ, ਨਾਮਦੀਨਪੁਰ ਦੇ ਨਾਲ ਪਿਆਰ ਹੈ ਮੇਰੇ ਵੀਰਿਓ। ਗੋਸਲਾ ਵਾਲਾ ਕਬੱਡੀ ਪਾ ਰਿਹਾ, ਇੱਕ ਪਾਸੇ ਸੰਜੂ ਮੌਜਪੁਰ ਦਾ, ਉਹ ਨੋਨਾ ਭੈਣੀ ਵਾਲਾ ਕਿ ਨੋਨਾ ਪੈਰਾਂ ਦਾ ਪੱਕਾ ਬਹੁਤ ਜ਼ਿਆਦਾ, ਚੰਨਾ ਝਾਕੇ ਤੇ ਰੇਡਰ ਨੂੰ ਫੜੀ ਜਾਂਦਾ। ਰਾਏਕੋਟ ਦੇ ਲਾਗੇ ਭੈਣੀ ਵੜਿੰਗਾ ਪਿੰਡ ਦਾ ਨੋਨਾ ਇਸ ਵੇਲੇ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਘੋ ਕਿਸ਼ੋਰ ਦੀ ਟੀਮ ਦੇ ਹਿੱਸੇ ਜਾ ਜੁੜਿਆ। ਇਧਰ ਸੁੱਖਾ ਹੈ, ਉਧਰ ਕਹਿੰਦੇ ਜੱਸਾ ਜਲਾਲ ਦੀ ਵਾਲ ਵਾਲਾ ਆਪਣੀ ਟੀਮ ਦੇ ਨਾਲ ਪੁੱਜਿਆ ਹੋਇਆ। ਮਹਾਨ ਕਬੱਡੀ ਖਿਡਾਰੀ ਦੋਨੋਂ ਟੀਮਾਂ ਦੇ ਵਿੱਚ ਖੇਡ ਰਹੇ ਹੈ। ਉਧਰ ਜੱਸਾ ਜੀ ਸਾਡੇ ਪਿੰਡ ਜੱਫੜਾ ਝਿੰਗੜਾ ਵਾਲੇ, ਇੰਦਰਜੀਤ ਸਿੰਘ ਜੀ ਮੂਵੀ ਵਾਲੇ, ਉਹ ਵੀ ਸਾਡੇ ਦਰਮਿਆਨ ਅਚੇਚੇ ਤੌਰ ਤੇ ਪੁੱਜੇ ਹੈ, ਅਸੀਂ ਉਹਨਾਂ ਦਾ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਕੁਲਵੰਤ ਸਿੰਘ ਜੀ ਹੀਰ ਐਸਪੀ ਸਾਹਿਬ, ਉਹ ਵੀ ਸਾਡੇ ਦਰਮਿਆਨ ਬਿਰਾਜਮਾਨ ਨੇ, ਬਹੁਤ ਬਹੁਤ ਧੰਨਵਾਦ। ਮੌਲੀ ਵੈਦਵਾਨ ਪੁੱਜ ਗਈ ਤਾਂ ਹੱਥ ਖੜਾ ਕਰਕੇ ਦੱਸੇਗੀ, ਮੌਲੀ ਵੈਦਵਾਨ ਦੀ ਟੀਮ ਕਹਿੰਦੇ ਤੋਪੇ ਵਰਗੇ ਖਿਡਾਰੀ, ਨੌਜਨ ਪੰਮੇ ਵਰਗੇ ਖਿਡਾਰੀ, ਲਾਡੀ ਸੈਂਪਲੀ ਵਰਗੇ ਅਗਲੇ ਮੈਚ ਲਈ ਹੈਪੀ ਸੈਂਪਲੀ ਸਾਹਿਬ ਵਰਗੇ ਖੇਡਣਗੇ ਤੇ ਨਾਲ ਮੇਰੀ ਬੇਨਤੀ ਸਰਦਾਰ ਸਾਧੂ ਸਿੰਘ ਜੀ ਬਰਾੜ ਸਾਹਿਬ, ਪੱਤੋ ਹੀਰਾ ਸਿੰਘ ਆਪਣੀ ਟੀਮ ਨੂੰ ਲੈ ਕੇ ਹਰਜੀਤ ਫਰੈਂਡ ਕਲੱਬ ਨੂੰ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ। ਮਾੜੂ ਫੁੱਲਾਂ ਵਾਲੀ ਆ ਕਬੱਡੀ 365.com ਦਾ ਕੈਮਰਾ ਚੱਲ ਰਿਹਾ, ਜਿੰਦਰ ਸਾਡਾ ਜਲਾਲ ਵਾਲਾ ਕਹਿੰਦੇ ਕਿ ਕਬੱਡੀ ਨੂੰ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਬੰਦ ਕਰ ਰਿਹਾ ਵੀ ਜੱਸਾ ਰਾਜਪੁਰ ਭਾਈਆਂ ਦਾ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਮਾਧੂ ਫੁੱਲਾਂ ਵਾਲੀ ਨੇ ਆਪਣੀ ਟੀਮ ਦੇ ਲਈ ਜੋੜਿਆ। ਨੰਨੀ ਗੋਪਾਲਪੁਰ ਦਾ ਕਹਿੰਦੇ ਇਸ ਵੇਲੇ ਕਬੱਡੀ ਪਾ ਰਿਹਾ, ਨਰਵਾਦਪੁਰ ਦਾ ਨੰਨੀ ਕਹਿੰਦੇ ਕਬੱਡੀ ਪਾ ਰਿਹਾ ਹੈ, ਜਦੋਂ ਮਾਲਵੇ ਦੇ ਵਿੱਚ ਖੇਡਦਾ ਹੈ ਤੇ ਅਕਸਰ ਹੀ ਕਮੈਂਟੇਟਰ ਕਹਿੰਦੇ ਵੀ ਝੋਟੇ ਜਿੰਨੀ ਗਿਆਨ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਨੰਨੀ ਗੋਪਾਲਪੁਰ ਦਾ, ਪਰ ਦੂਜੇ ਪਾਸੇ ਨੌਜਵਾਨ ਜੱਸਾ ਬਾਹੋ ਜੱਸਾ ਹੈ ਨੰਨੀ ਦੇ ਲਈ ਇੱਕ ਜ਼ੋਰਦਾਰ ਤਾੜੀਆਂ ਮਾਰਦੀ ਹੈ ਮੇਰੇ ਵੀਰੇ, ਇਸ ਇਲਾਕੇ ਦਾ ਮਹਾਨ ਖਿਡਾਰੀ, ਇਸ ਇਲਾਕੇ ਦਾ ਮਾਣ ਹੈ। ਚੱਲਦਾ ਹੋਇਆ ਮੈਚ ਦਾ ਹਾਫ ਟਾਈਮ ਹੋ ਚੁੱਕਿਆ। ਹਾਂਜੀ, ਸਾਡੇ ਤਰਲੋਕ ਸਿੰਘ ਜੀ ਜੰਡੀਰ ਸਾਹਿਬ ਲਾਜਵੰਤੀ ਪੈਟਰੋਲ ਪੰਪ ਵਾਲੇ ਪੁੱਜੇ ਆ ਜੀ, ਧੰਨਵਾਦ। ਅਮਰੀਕ ਸਿੰਘ ਜੀ ਨਿੱਜਰ ਸਾਹਿਬ ਤਲਵੰਡੀ ਪੀਲਾ, ਜਗਦੀਪ ਸਿੰਘ ਜੀ ਰਹੀਮਪੁਰ, ਸਾਡੇ ਦਿਲਬਾਗ ਸਿੰਘ ਜੀ ਅਮਾਕਾ ਜੀ ਤੋਂ ਪੁੱਜੇ ਨੇ, ਧੰਨਵਾਦ ਉਹਨਾਂ ਦਾ। ਸੁਦਾਗਰ ਸਿੰਘ ਜੀ ਟਿਬਾਣਾ ਸਾਹਿਬ, ਰਤਨ ਸਿੰਘ ਜੀ ਟਿਬਾਣਾ ਸਾਹਿਬ, ਫੁੰਮਣ ਸਿੰਘ ਜੀ ਜੱਫਲ ਝਿੰਗੜਾ ਤੋਂ ਸਰਪੰਚ ਸਾਹਿਬ ਪੁੱਜੇ ਨੇ, ਔਰ ਐਸ ਪੀ ਹੈੱਡਕੁਆਟਰ ਸਰਦਾਰ ਕੁਲਵੰਤ ਸਿੰਘ ਜੀ ਹੀਰ ਸਾਹਿਬ, ਕੱਲ ਵੀ ਮੈਂ ਉਹਨਾਂ ਦਾ ਜ਼ਿਕਰ ਕੀਤਾ,
ਜਦੋਂ ਜੋਤੀ ਤੇ ਕਿਤੇ ਬਿੱਟੂ ਦੀਆਂ ਗੱਲਾਂ ਹੁੰਦੀਆਂ ਖੇਡ ਮੈਦਾਨਾਂ ਦੇ ਵਿੱਚ ਸਾਡੇ ਓਂਕਾਰ ਸਿੰਘ ਜੀ ਸਮਰਾਟ ਸਵੀਟ ਹਾਊਸ ਭੋਗਪੁਰ ਔਰ ਸਾਡੇ ਜਗਮੇਲ ਸਿੰਘ ਜੀ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ ਔਰ ਸਾਡੇ ਸੁਰਜੀਤ ਸਿੰਘ ਜੀ ਗਾਖਲ ਚੇਅਰਮੈਨ ਵਿਸ਼ੇਸ਼ ਤੌਰ ਤੇ ਪੁੱਜੇ ਆ ਜੀ, ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿੰਨੀਆਂ ਵੀ ਮਹੱਤਵਪੂਰਨ ਸ਼ਖਸੀਅਤਾਂ ਨੇ। ਔਰ ਅਗਲੇ ਮੈਚ ਵਾਸਤੇ ਟੀਮਾਂ ਪੱਤੋ ਹੀਰਾ ਸਿੰਘ ਤੇ ਮੌਲੀ ਬੈਦਵਾਨ ਕਬੱਡੀ ਕਲੱਬ ਚੰਡੀਗੜ੍ਹ ਉਹ ਮੈਦਾਨ ਦੇ ਵਿੱਚ ਆ ਜਾਣ ਓਵਰ ਟੂ ਗਰਾਊਂਡ। ਚੱਲਦੇ ਹੋਏ ਮੈਚ ਦਾ ਹਾਫ ਟਾਈਮ ਤੱਕ ਦਾ ਸਕੋਰ ਹੈ 14 ਪੁਆਇੰਟ ਨੇ ਸੰਤ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੇ ਤੇ 21 ਪੁਆਇੰਟ ਨੇ ਮੇਰੇ ਵੀਰੋ। ਚੱਲਦੇ ਹੋਏ ਮੈਚ ਦੌਰਾਨ ਘੁੱਗਸ਼ੋਰ ਤਾਊ ਕਬੱਡੀ ਕਲੱਬ ਘੁੱਗਸ਼ੋਰ ਦੀ ਟੀਮ ਦੇ ਇਹ ਹੈ ਨਾਟ ਝੋਟ ਛਪਾਰ ਵਾਲਾ ਪਰ ਸੰਜੂ ਮੌਜਪੁਰੀਆ ਲਾਂਡਰਾਂ ਦੇ ਲਾਗੇ, ਕਹਿੰਦੇ ਮੌਜਪੁਰ ਪਿੰਡ ਹੈ ਮੋਹਾਲੀ ਦੇ ਲਾਗੇ, ਇਸ ਨੌਜਵਾਨ ਦਾ ਆਪਣੀ ਟੀਮ ਦੇ ਲਈ 1 ਲੱਖਾਂ 'ਚ ਪਾਉਣ ਦਾ ਵਾਅਦਾ ਕਰਦਾ ਹੋਇਆ। ਚੱਲ ਵੀ ਸ਼ਿੰਦਿਆ ਬੋਪਾ ਰਾਏ ਵਾਲਿਆ ਤਾਂ ਵੀ ਕਬੱਡੀ ਸ਼ੀਰੇ ਬੋਪਾ ਰਾਏ ਵਾਲੇ ਦਾ ਨਾਂ ਕਹਿੰਦੇ ਸਾਰੇ ਦਰਸ਼ਕਾਂ ਨੇ ਸੁਣਿਆ ਹੋਣਾ ਜਿਹੜੇ ਕਬੱਡੀ ਦੇ ਪ੍ਰੇਮੀ ਹੈ, ਉਹਦਾ ਕਹਿੰਦੇ ਕਜ਼ਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਇਹ ਹੈ ਨੌਜਵਾਨ ਸ਼ਿੰਦਾ ਬੋਪਾ ਰਾਏ ਵਾਲਾ, ਸਰਦਾਰ ਚੈਂਚਲ ਸਿੰਘ ਜੀ ਬਿਆਸ ਪਿੰਡ ਵਾਲੇ, ਸਰਦਾਰ ਰਣਜੀਤ ਸਿੰਘ ਜੀ ਬਿਆਸ ਪਿੰਡ ਵਾਲੇ ਤੇ ਭੁਪਿੰਦਰ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੇ ਹੈ। ਉਧਰ ਸਾਡੇ ਹਰਦੀਪ ਸਿੰਘ ਜੀ ਲਾਲੀ ਕਹਿੰਦੇ ਹਰ ਇੱਕ ਪੁਆਇੰਟ ਦਾ ਮਾਣ ਕਰਾਂਗੇ ਆਪਣੇ ਨੌਜਵਾਨ ਸਾਥੀ ਨੰਨੀ ਗੋਪਾਲਪੁਰੀਏ ਦਾ, ਕਿਉਂਕਿ ਭਰਾਵਾਂ ਵਾਲਾ ਪਿਆਰ ਹੈ ਗੋਪਾਲਪੁਰੀਏ ਲਾਲੀ ਗੋਪਾਲਪੁਰੀਏ ਦੇ ਨਾਲ, ਕਹਿੰਦੇ ਲਾਲੀ ਵੀਰ ਉਹਨਾਂ ਦਾ, ਉਹਨਾਂ ਦਾ ਵੀ ਧੰਨਵਾਦ ਹੈ। ਆਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਗੋਪਾਲਪੁਰ ਦਾ ਨੰਨੀ ਪਾਉਂਦਾ ਹੋਇਆ ਕਬੱਡੀ, ਤਜਰਬੇਕਾਰ ਮੇਰੇ ਵੀਰੇ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਯੂਰਪ ਇੰਗਲੈਂਡ ਤੇ ਕੈਨੇਡਾ ਤੇ ਪੰਜਾਬ ਦੇ ਖੇਡ ਮੈਦਾਨ, ਕਹਿੰਦੇ ਨੰਨੀ ਦੀ ਚੜ੍ਹਤ ਹੈ। ਪੱਤੋ ਹੀਰਾ ਸਿੰਘ ਦੀ ਟੀਮ ਮੇਰਾ ਖਿਆਲ ਹੈ ਅਜੇ ਤੱਕ ਨਹੀਂ ਪੁੱਜੀ, ਉਹ ਜਲਦੀ ਦੇ ਨਾਲ ਗਰਾਊਂਡ ਦੇ ਲਾਗੇ ਪੁੱਜ ਜਾਵੇ। ਉਧਰ ਵਾਲੀਬਾਲ ਦੇ ਮੁਕਾਬਲੇ ਖੇਡੇ ਜਾ ਰਹੇ ਹੈ, ਇਧਰ ਕਬੱਡੀ ਦੇ ਮੁਕਾਬਲੇ ਬੜੇ ਫਸਵੇਂ ਖੇਡੇ ਜਾ ਰਹੇ ਹੈ। ਜੌਂਟੀ ਕਲਸੀਆਂ ਵਾਲਾ ਇਸ ਵੇਲੇ ਕਰਦਾ ਹੋਇਆ ਕੋਸ਼ਿਸ਼ ਤੇ ਦੂਜੇ ਪਾਸੇ ਪਿੰਕਾ ਯਰਗ ਵਾਲਾ ਜੌੜੇ ਪੁਲਾਂ ਦੇ ਲਾਗੇ, ਕਹਿੰਦੇ ਯਰਗ ਪਿੰਡ ਹੈ ਔਰ ਦੂਸਰੇ ਪਾਸੇ ਕਲਸੀਆਂ ਵਾਲਾ ਜਫਾ ਨਹੀਂ ਲਾ ਸਕਿਆ ਤੇ ਯਰਗ ਵਾਲੇ ਪਿੰਕੇ ਨੇ ਆਪਣੀ ਟੀਮ ਦੇ ਲਈ 1 ਲੱਖਾਂ 'ਚ ਪੁਆਇੰਟ ਦਾ ਵਾਧਾ ਕਰ ਦਿੱਤਾ ਹੈ। ਮਾਣੇ ਵਾਲੇ ਜਗਤਾਰ ਨੂੰ ਕਹਿੰਦਾ ਵੀ ਨੈਚੁਰਲ ਖੇਡਦਾ ਨੌਜਵਾਨ, ਪਰ ਵੇਖੀਏ ਨੌਜਵਾਨ ਇਸ ਵੇਲੇ ਮੰਦਰ ਯੋਧਾ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਪਿੰਡ ਦੇ ਲਾਗਲਾ ਪਿੰਡ ਕਹਿੰਦੇ ਯੋਧਾ ਹੈ, ਉਸੇ ਪਿੰਡ ਦਾ ਨੌਜਵਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਇੱਕੋ ਜ਼ਿਲ੍ਹਾ ਹੈ ਪਰ ਕਹਿੰਦੇ ਪਿੰਡ ਵੱਖੋ ਵੱਖਰੇ ਨੇ, ਨੋਨਾ ਭੈਣੀ ਵਾਲਾ ਜਫਾ ਨਹੀਂ ਲਾ ਸਕਿਆ ਤੇ ਪੁਆਇੰਟ ਮੰਦਰ ਯੋਧਾ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ। ਤੀਜਾ ਮੈਚ ਅੱਜ ਦੇ ਦਿਨ ਫਸਵਾਂ ਖੇਡਿਆ ਜਾ ਰਿਹਾ ਹੈ। ਹਰਜੀਤ ਫਰੈਂਡਜ਼ ਕਬੱਡੀ ਕਲੱਬ ਪੱਤੋ ਹੀਰਾ ਸਿੰਘ ਦੀ ਟੀਮ ਨੂੰ ਮੇਰੀ ਬੇਨਤੀ ਹੈ, ਸਾਡੇ ਸਾਧੂ ਸਿੰਘ ਜੀ ਬਰਾੜ ਸਾਹਿਬ ਤੇ ਸਹਾਇਕ ਕੋਚ ਗੁਰਤੇਜ ਲੱਕੀ ਉਹਨਾਂ ਨੂੰ ਵੀ ਆਪਣੀ ਟੀਮ ਨੂੰ ਲੈ ਕੇ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆਉਣਗੇ, ਕਿਉਂਕਿ ਉਹਨਾਂ ਦਾ ਮੁਕਾਬਲਾ ਜਿਹੜਾ ਇਸ ਤੋਂ ਬਾਅਦ ਖੇਡਿਆ ਜਾਣਾ ਹੈ ਜੱਸਾ ਭੜੀ ਭਨੈਚਾ ਵਾਲਾ। ਪਰ ਬਲਜੀਤ ਨੇ ਕਹਿੰਦੇ ਯਾਦਗਾਰੀ ਜਫੇ ਲਾਏ ਹੈ, ਭਾਵੇਂ ਉਹ ਪਾਕਿਸਤਾਨ ਤੇ ਭਾਰਤ ਦਾ ਮੈਚ, ਪਾਕਿਸਤਾਨ ਤੇ ਕੈਨੇਡਾ ਦਾ ਮੈਚ ਹੋਵੇ। ਮੇਰੇ ਵੀਰੋ ਮਲਟੀਪਰਪਜ਼ ਖੇਡ ਸਟੇਡੀਅਮ ਬਠਿੰਡਾ ਦੇ ਵਿੱਚ ਜਦੋਂ ਵਰਲਡ ਕੱਪ ਖੇਡਿਆ ਗਿਆ, ਤੀਜਾ ਪੰਜਾਬ ਦੀ ਧਰਤੀ ਅੰਦਰ ਤੇ ਕਹਿੰਦੇ ਪਿੰਡਾਂ ਦੇ ਲੋਕਲ ਟੂਰਨਾਮੈਂਟ ਹੋਣ ਤੇ ਭਾਵੇਂ ਮੇਰੇ ਵੀਰੋ ਅਕੈਡਮੀਆਂ ਦੇ ਮੈਚ ਹੋਣ, ਕਿੱਥੇ ਲਾਉਂਦਾ ਬਲਜੀਤ ਇਦੋਂ ਕਿ ਮੁੰਬਈ ਦੇ ਕੱਪ ਦਾ ਬੈਸਟ ਰਿਹਾ ਤੇ ਅੱਜ ਵੇਖਦੇ ਹਾਂ ਵੀ ਕੌਣ ਮੇਰੇ ਵੀਰੋ ਫਸਟ ਜਾਂਦਾ, ਕਿਹੜੀ ਟੀਮ ਫਸਟ ਆਉਣੀ ਹੈ। ਉਹਨੂੰ ਕਹਿੰਦੇ ਗੋਲਡੀ ਅਤੇ ਧੀਰੇ ਨਿੱਜਰ ਹੋਣਾ ਵੱਲੋਂ 1 ਲੱਖ ਦਾ ਪ੍ਰਾਈਜ਼ ਦਿੱਤਾ ਜਾਣਾ ਹੈ। ਸੁਖਜੀਤ ਸਿੰਘ ਜੀ ਲਾਲੀ ਉਹਨਾਂ ਵੱਲੋਂ 75,000 ਰੁਪਇਆ ਦੂਜਾ ਪ੍ਰਾਈਜ਼ ਹੋਣਾ ਹੈ। ਲਓ ਗੋਸਲਾਂ ਵਾਲਾ ਹਰਮਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਗੱਲ ਹੈ,
ਔਰ ਮੇਰੇ ਵੀਰੋ ਦਰਸ਼ਕ ਨੇ ਬੜੇ ਹੁਮਾ ਮਾ ਕੇ ਪੁੱਛਦੇ ਆ, ਬਾਹਰ ਬੈਠੇ ਜਿਹੜੇ ਦਰਸ਼ਕ ਹੈ ਜਿਹੜੇ ਨਹੀਂ ਪੁੱਛ ਸਕਦੇ ਉਹ ਹਰ ਰੋਜ਼ ਕਬੱਡੀ 365.com ਦੇ ਜ਼ਰੀਏ ਆਨੰਦ ਮਾਣਦੇ ਚੱਲਦੇ ਹੋਏ ਮੈਚਾਂ ਦਾ। ਲਓ ਪੈ ਗਈ ਪੁੱਠੀ ਕੈਂਚੀ, ਮੈਨੂੰ ਲੱਗਦਾ ਵੀ ਮਾਰੂ ਫੁੱਲਾਂ ਵਾਲੀ ਆ, ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ, ਪੁਆਇੰਟ ਢਾਵੀ ਦੇ ਹਿੱਸੇ ਜਾ ਜੁੜਿਆ, ਪੁਆਇੰਟ ਸੰਤ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੇ ਹਿੱਸੇ ਜੁੜਦਾ ਹੋਇਆ। ਜਗਦੀਪ ਸਿੰਘ ਆਖੀਏ ਤੇ ਕੋਈ ਨਹੀਂ ਜਾਣਦਾ, ਜੇ ਆਖੀਏ ਵੀ ਨਾਟ ਝੋਟ ਕਬੱਡੀ ਪਾ ਰਿਹਾ ਛਪਾਰ ਪਿੰਡ ਵਾਲਾ ਅਹਿਮਦਗੜੀਆ ਤੇ ਸਾਰੇ ਜਾਣਦੇ ਆ ਮੇਰੇ ਵੀਰੇ। ਲਓ ਨੋਨਾ ਭੈਣੀ ਵਾਲਾ ਅਵਤਾਰ ਸਿੰਘ ਵੜਿੰਗ ਪਰਿਵਾਰ ਦਾ ਤੇ ਦੂਜੇ ਪਾਸੇ ਕਹਿੰਦੇ ਨਾਟ ਝੋਟ ਮੇਰੇ ਵੀਰੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ, ਜਿਹਨੂੰ ਜਿਹਨੂੰ ਮੈਚ ਹੈਲੋ ਜਿਹੜੇ ਜਿਹੜੇ ਦਰਸ਼ਕਾਂ ਨੂੰ ਮੈਚ ਵਧੀਆ ਲੱਗ ਰਿਹਾ ਉਹ ਤਾੜੀ ਜ਼ਰੂਰ ਮਾਰ ਕੇ ਦੱਸਣਗੇ। ਲਓ ਸਾਰੀਆਂ ਸੰਗਤਾਂ ਚੱਲਦੇ ਹੋਏ ਮੈਚ ਦਾ ਆਨੰਦ ਮਾਣ ਰਹੀਆਂ। ਲਓ ਹਨੀ ਤੇ ਦੂਜੇ ਪਾਸੇ ਨੌਜਵਾਨ ਬਾਹੋ ਗੱਭਰੂ ਹੈ, ਇਹ ਹੈ ਸ਼ਿੰਦਾ ਬੋਪਾ ਰਾਏ ਵਾਲਾ, ਰਾਏਕੋਟ ਦੀ ਧਰਤੀ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਾਂ ਦੀ ਛੋਹ ਪ੍ਰਾਪਤ ਧਰਤੀ, ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ, ਜੁਗਾਂ ਜੁਗਾਂ ਤੱਕ ਰਹਿਣਗੀਆਂ ਯਾਦਾਂ ਉਸ ਦਰਵੇਸ਼ ਦੀਆਂ, ਕੌਣ ਕਰੂਗਾ ਰੀਸਾ ਕਲਗੀਧਰ ਦਸ਼ਮੇਸ਼ ਦੀਆਂ, ਕੌਣ ਕਰੂਗਾ ਰੀਸਾ ਕਲਗੀਧਰ ਦਸ਼ਮੇਸ਼ ਦੀਆਂ। ਗੋਪਾਲਪੁਰੀ ਨੰਨੀ ਨੇ ਕਹਿੰਦੇ ਸਿੱਖੀ ਸਰੂਪ ਦੇ ਵਿੱਚ ਕਬੱਡੀ ਨੌਜਵਾਨ ਖੇਡੀ ਹੈ ਤੇ ਖੇਡ ਰਿਹਾ, ਮਾਣ ਹੈ ਮੇਰੇ ਵੀਰੋ ਇਸ ਇਲਾਕੇ ਦਾ। ਨੰਨੀ ਗੋਪਾਲਪੁਰ ਦਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਚੱਲ ਵੀ ਪਿੰਕੀ ਪਾਪਾ ਵੀ ਕਬੱਡੀ ਹੈ, ਪੂਰਾ ਨਾਂ ਕਹਿੰਦੇ ਪ੍ਰਨੀਕ ਸਿੰਘ ਹੈ ਪਰ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਪਿੰਕੇ ਯਰਗ ਵਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਹੋਈ ਹੈ। ਇਸ ਵੇਲੇ ਖੇਡ ਮੈਦਾਨ ਦੇ ਵਿੱਚ ਦੇਖਦਾ ਬਲਜੀਤ ਸੈਦੋਕੇ ਵਾਲਾ ਕੋਸ਼ਿਸ਼ ਕਰ ਰਿਹਾ ਤੇ ਪਿੰਕਾ ਯਰਗ ਵਾਲਾ ਆਪਣੀ ਟੀਮ ਦੇ ਲਈ ਲੱਖਾਂ 'ਚ ਪੁਆਇੰਟ ਦਾ ਵਾਧਾ ਕਰ ਰਿਹਾ। ਪੱਤੋ ਹੀਰਾ ਸਿੰਘ ਵੀ ਪੁੱਜ ਗਈ ਹੈ, ਮੌਲੀ ਵੈਦਵਾਨ ਕਬੱਡੀ ਕਲੱਬ ਚੰਡੀਗੜ੍ਹ ਦੀ ਟੀਮ ਵੀ ਸਾਡੇ ਦਰਮਿਆਨ ਪੁੱਜ ਚੁੱਕੀ ਹੈ। ਹਾਂਜੀ ਮਲਕੀਤ ਸਿੰਘ ਜੀ, ਸਰਪੰਚ ਸਾਹਿਬ ਗੋਪਾਲਪੁਰ ਵਾਲੇ ਰੁਪਿੰਦਰ ਜਲਾਲ ਜੀ, ਨੰਨੀ ਵਾਸਤੇ 500 ਦੇ ਮਾਨ ਸਨਮਾਨ ਭੇਜਦੇ ਨੇ, ਬਹੁਤ ਬਹੁਤ ਧੰਨਵਾਦ ਹੈ। ਮਲਕੀਤ ਸਿੰਘ ਜੀ ਸਰਪੰਚ ਸਾਹਿਬ ਗੋਪਾਲਪੁਰ ਤੋਂ ਵੱਡਾ ਮਾਨ ਭੇਜਦੇ ਹੋ, ਧੰਨਵਾਦ। ਠੀਕ ਹੈ, ਇਧਰੋਂ ਕੈਮਰਾ ਸੀਗਾ ਨਾ, ਮੈਂ ਤਾਂ ਕਰਕੇ ਉਧਰ ਚਲਾ ਗਿਆ। ਇਹ ਪੈਸੇ ਨੰਨੀ ਆਪਣੇ ਬਾਅਦ ਦੇ ਵਿੱਚੋਂ ਮੇਰੇ ਤੋਂ ਆ ਕੇ ਲੈ ਜੀ, ਸੁੱਖਿਆ ਇਹ ਮਾਇਆ ਦੇ ਗੱਫੇ ਆ ਕੇ ਨੌਜਵਾਨਾਂ ਮੇਰੇ ਤੋਂ ਫੜ ਲਈ। ਗੋਪਾਲਪੁਰ ਦਾ ਨੰਨੀ, ਉਹਦੇ ਲਈ 500 ਰੁਪਇਆ ਸਰਦਾਰ ਮਲਕੀਤ ਸਿੰਘ ਜੀ ਸਰਪੰਚ ਸਾਹਿਬ, ਕਿਉਂਕਿ ਪਿੰਡ ਦੇ ਹਰ ਇੱਕ ਬੱਚਾ ਬੱਚੀ ਨੂੰ ਮਾਣ ਆਉਂਦਾ ਜਦੋਂ ਕਿਸੇ ਪਿੰਡ ਦਾ ਖਿਡਾਰੀ ਉਹ ਨਗਰ ਦਾ ਨਾਂ ਰੋਸ਼ਨ ਕਰਦਾ ਹੈ। ਉਧਰ ਊਸ਼ਾ ਬੱਚੀ ਹੈ ਜਿਹਨੇ ਪਹਿਲਾਂ ਗੇੜਾ ਲਾਇਆ ਹੈ ਔਰ ਹੁਣ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਗੇੜਾ ਲਾਵੇਗੀ, ਇਹਦਾ ਜ਼ਰੂਰ ਮਾਰਨਾ ਹੈ ਊਸ਼ਾ ਦਾ। ਲਓ ਵੇਖਦਾ ਖੇਡ ਮੈਦਾਨ ਦੇ ਵਿੱਚ ਬੜਾ ਫਸਵਾਂ ਮੁਕਾਬਲਾ, ਰੇਡਰ ਕਹਿੰਦਾ ਵੀ ਥੋੜਾ ਸੈਂਟਰ ਦੇ ਵਿੱਚ ਆ ਜਾਓ, ਪਰ ਜਾਫੀ ਵੀ ਕਹਿੰਦੇ ਬੜੇ ਦਿਮਾਗੀ ਜਾਫੀ ਨੇ ਮੇਰੇ ਵੀਰੋ। ਆਲਮਜੀਤ ਜੀ ਦਿਆਲਪੁਰ ਵਾਲੇ ਸਾਡੇ ਮਹਾਨ ਕਬੱਡੀ ਦੇ ਬੁਲਾਰੇ, ਵੱਡੀਆਂ ਸਲਾਮਾਂ ਜਿੱਥੇ ਮਾਈਕ ਤੋਂ ਇਸ ਗਰਾਊਂਡ ਦੇ ਵਿੱਚ ਵੀ ਦੇਣਗੇ, ਉੱਥੇ ਸਟੇਜ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਾਂਭ ਰਹੇ ਹੈ, ਬਹੁਤ ਬਹੁਤ ਧੰਨਵਾਦ। ਸਰਦਾਰ ਸੁਰਜੀਤ ਸਿੰਘ ਜੀ ਗੋਪਾਲਪੁਰ ਵਾਲੇ ਨੰਨੀ ਦੇ ਲਈ 500 ਰੁਪਇਆ ਹੋਰ ਮਾਨ ਸਨਮਾਨ ਪੁੱਜਦਾ ਕਰਦੇ ਹੈ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਹਿਲਾਂ ਸਰਦਾਰ ਮਲਕੀਤ ਸਿੰਘ ਜੀ ਸਰਪੰਚ ਸਾਹਿਬ ਨੇ ਪੁੱਜਦੇ ਕੀਤੇ ਪੈਸੇ ਤੇ ਹੁਣ ਕਹਿੰਦੇ ਸਰਦਾਰ ਸੁਰਜੀਤ ਸਿੰਘ ਜੀ, ਸਰਦਾਰ ਮੱਛਰ ਸਿੰਘ ਜੀ ਵੀ ਮੇਰਾ ਖਿਆਲ ਹੈ ਉਹ ਪੁੱਜੇ ਹੋਏ ਹੈ ਨੰਨੀ ਦੇ ਸਾਹਿਬ, ਬਹੁਤ ਬਹੁਤ ਧੰਨਵਾਦ ਹੈ। ਆਓ ਖੇਡ ਮੈਦਾਨ ਦੇ ਵਿੱਚ, ਮਾੜੂ ਫੁੱਲਾਂ ਵਾਲੀ ਆ, ਫੁੱਲਾਂ ਵਾਲ ਪਿੰਡ ਹੈ ਮੇਰੇ ਵੀਰੇ ਇਸ ਨੌਜਵਾਨ ਦਾ। ਸਾਹਮਣੇ ਚਾਰ, ਇੱਕ ਪਾਸੇ ਗੁਰਦਾਸਪੁਰੀ ਹੈ ਔਰ ਦੂਜੇ ਪਾਸੇ ਜ਼ਿਲ੍ਹੇ ਲੁਧਿਆਣੇ ਦੇ ਕਹਿੰਦੇ ਯੋਧਾ ਪਿੰਡ ਦਾ ਕਿੰਦੀ ਸੁਨੇ ਕਰਦਾ ਹੋਇਆ ਕੋਸ਼ਿਸ਼, ਪਰ ਪੁਆਇੰਟ ਫੁੱਲਾਂ ਵਾਲੀ ਆ ਮਾੜੂ
ਆਪਣੀ ਟੀਮ ਦੇ ਲਈ ਜੋੜਦਾ ਹੋਇਆ ਪੁਆਇੰਟ ਇਸ ਵੇਲੇ ਮੇਰੇ ਵੀਰਿਓ ਸੰਤ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੀ ਟੀਮ ਦੇ ਹਿੱਸੇ ਜਾ ਜੁੜਿਆ। 25 ਜਨਵਰੀ ਆਉਣੀ ਆ ਰਾੜਾ ਸਾਹਿਬ ਦੇ ਕਬੱਡੀ ਕੱਪ ਦੀ, ਆਪ ਸਭ ਨੂੰ ਖੁੱਲ੍ਹਾ ਸੱਦਾ ਹੈ। ਇਸੇ ਫੈਡਰੇਸ਼ਨ ਦੀਆਂ ਕਹਿੰਦੇ 8 ਟੀਮਾਂ ਖੇਡਣਗੀਆਂ। ਸੁੱਖ ਭੰਡੇਰ ਹੋਣਾ ਵੱਲੋਂ, ਜਸਵਿੰਦਰ ਕਿਲਾ ਹਾਂਸ ਹੋਣਾ ਵੱਲੋਂ ਤੇ ਪਰਮਰਾਜ ਸਿੰਘ ਜੀ ਉਮਰਾ ਨੰਗਲ ਆਪ ਸਭ ਨੂੰ ਸੱਦਾ ਦੇ ਰਹੇ ਹੈ। ਮੇਰੇ ਵੀਰੋ 25 ਜਨਵਰੀ ਜਿਹੜੀ ਰਾੜਾ ਸਾਹਿਬ ਦੇ ਕਬੱਡੀ ਕੱਪ ਦੀ ਹੋਣੀ ਹੈ, ਪਰ ਗੋਪਾਲਪੁਰੀ ਨੰਨੀ ਦੀ ਕਬੱਡੀ ਆਪਾਂ ਵੇਖੀਏ ਖੇਡ ਮੈਦਾਨ ਦੇ ਵਿੱਚ। ਮੇਰੇ ਵੀਰੋ 2 ਨੰਬਰ ਤੋਂ ਟਰਾਈ ਕਰਦਾ ਨੌਜਵਾਨ ਸਿੰਮਾ, ਪਰ ਜੱਫਾ ਨਹੀਂ ਲੱਗਿਆ। ਨੰਨੀ ਗੋਪਾਲਪੁਰ ਦਾ ਇਸ ਵੇਲੇ ਲੰਬੀ ਰੇਸ ਦਾ ਘੋੜਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਨੌਜਵਾਨ ਗੋਪਾਲਪੁਰੀ ਨੰਨੀ। ਹਰਜੀਤ ਫ੍ਰੈਂਚ ਕਬੱਡੀ ਕਲੱਬ ਤੋਂ ਹੀਰਾ ਸਿੰਘ ਵਰਸਿਜ ਮੌਲੀ ਵੈਦਵਾਨ ਕਬੱਡੀ ਕਲੱਬ ਮੋਹਾਲੀ, ਇਹ ਟੀਮਾਂ ਜਿਹੜੀਆਂ ਅਗਲੇ ਮੈਚ ਦੇ ਲਈ ਬਿਲਕੁਲ ਤਿਆਰ ਵਰ ਤਿਆਰ ਨੇ। ਸੱਬੀ ਕੁੱਸੇ ਵਾਲਾ ਪ੍ਰਸਿੱਧ ਕਬੱਡੀ ਖਿਡਾਰੀ ਕਹਿੰਦੇ ਇੰਗਲੈਂਡ ਤੋਂ ਪੁੱਜਾ ਹੋਇਆ, ਉੱਥੋਂ ਦੀ ਮਿਡ ਦੇ ਕਬੱਡੀ ਕਲੱਬ ਦੇ ਨਾਲ ਜੁੜਿਆ ਹੋਇਆ ਤੇ ਸਟਾਰਟਿੰਗ ਸਮੇਂ ਕਹਿੰਦੇ ਖੇਡਿਆ ਪੱਤੋ ਹੀਰਾ ਸਿੰਘ ਦੇ ਲਈ। ਪਰ ਵੇਖੀਏ ਨੌਜਵਾਨ ਗੱਭਰੂ ਇਸ ਵੇਲੇ ਗੁਰਦਾਸਪੁਰੀ ਆ, ਜੱਫਾ ਲਾ ਪਾਊ ਕਿ ਨਹੀਂ। ਇਸ ਵੇਲੇ ਬੰਟੀ ਗੁਰਦਾਸਪੁਰੀ ਨੇ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ। ਪੁਆਇੰਟ ਸਟੋਪਰ ਦੇ ਹਿੱਸੇ ਜਾ ਜੁੜਿਆ। ਲੈ ਵੀ ਸੁੱਖਿਆ ਕੀ ਨਾਂ ਇਸ ਨੌਜਵਾਨ ਦਾ ਦੱਸੀ ਜਰਾ। ਛੋਟਾ ਕੱਦ ਹੈ, ਵੱਖਰੀ ਜੀ ਕਟਿੰਗ ਕਰਵਾਈ ਹੋਈ ਹੈ, ਸਰੀਰ ਵੀ ਸੋਹਣਾ ਹੈ। ਭੁੱਖ ਲੱਖ ਦੀ ਨੌਜਵਾਨ ਦੇ ਸਰੀਰ ਨੂੰ ਵੇਖ ਕੇ ਤੇ ਵੇਖਦਾ ਵੀ 4 ਜਾਫਿਆਂ ਤੇ ਬੋਲਿਆ ਹੋਇਆ ਧਾਵਾ। ਇਹ ਹੈ ਜੌਲੀ ਮੇਰੇ ਵੀਰੋ, ਬਲਪ੍ਰੀਆ ਪਿੰਡ ਹੈ ਗੁਰਦਾਸਪੁਰ ਦੇ ਵਿੱਚ ਨੌਜਵਾਨ ਦਾ, ਜੌਲੀ ਨੌਜਵਾਨ ਇਸ ਵੇਲੇ। ਬਾਬੇ ਮੱਘੇ ਨੇ ਕਹਿੰਦੇ ਕਬੱਡੀ ਦੇ ਖਿਡਾਰੀਆਂ ਦਾ ਮਾਣ ਕੀਤਾ ਹੈ, ਕਦੇ ਕਿਸੇ ਨੂੰ ਘੋੜਿਆਂ ਦੇ ਨਾਲ, ਕਦੇ ਕਿਸੇ ਨੂੰ ਕੈਂਠਿਆਂ ਦੇ ਨਾਲ ਮਾਣ ਦਿੱਤੇ ਹੈ। ਅਗਲੇ ਮੈਚ ਦੀਆਂ ਦੋਨੋਂ ਟੀਮਾਂ ਪਹੁੰਚੀਆਂ, ਪਲੀਜ਼ ਆਪਾਂ ਇੱਕ ਥੋੜਾ ਸਾਈਡ ਤੇ ਹੋ ਜਾਈਏ, ਬੜੀ ਮਿਹਰਬਾਨੀ। ਉਧਰ ਸ਼ਰਨਾ ਜੀ ਰੰਧਾਵੇ ਮਸੰਦੇ ਵਾਲੇ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ, 500 ਰੁਪਈਆ ਨੰਨੀ ਦੇ ਲਈ ਪੂਜਾ ਕਰਦੇ ਹਾਂ ਅਸੀਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ਰਨਾ ਜੀ, ਮਹਾਨ ਕਬੱਡੀ ਖਿਡਾਰੀ ਰੰਧਾਵੇ ਮਸੰਦੇ ਵਾਲੇ। ਮੇਰਠ ਤੇ ਚੰਡੀਗੜ੍ਹ ਦਾ ਸੈਮੀ ਫਾਈਨਲ ਮੈਚ ਚੱਲ ਰਿਹਾ ਹੈ, ਇੰਡੀਆ ਲੈਵਲ ਦਾ ਕਹਿੰਦੇ ਵਾਲੀਬਾਲ ਦਾ ਮੈਚ ਚੱਲ ਰਿਹਾ ਹੈ, ਬਹੁਤ ਸੋਹਣਾ ਮੈਚ। ਲਵ ਹਰਮਿੰਦਰ ਸਤਨਾਮ ਸੱਤਾ ਨੇਗੀ, ਇੰਡੀਆ ਲੈਵਲ ਦੇ ਜਿਹੜੇ ਪਲੇਅਰ ਉੱਧਰ ਵੀ ਬੜੇ ਫਸਵੇਂ ਮੈਚ ਖੇਡੇ ਜਾ ਰਹੇ ਆ, ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਜਿਹੜੇ ਵਾਲੀਬਾਲ ਦੇ ਉੱਧਰ 2 ਨੰਬਰ ਗਰਾਊਂਡ ਦੇ ਵਿੱਚ ਵਾਲੀਬਾਲ ਵਾਲੀ ਗਰਾਊਂਡ ਦੇ ਵਿੱਚ ਖੇਡ ਰਹੇ ਹੈ। ਇੱਧਰ 1 ਨੰਬਰ ਗਰਾਊਂਡ ਦੇ ਵਿੱਚ ਵੀ ਕਹਿੰਦੇ ਕਬੱਡੀ ਦੇ ਸਟਾਰ ਨੇ, ਉੱਧਰ ਵਾਲੀਬਾਲ ਦੇ ਸਟਾਰ ਨੇ, ਇੱਧਰ ਸਾਡੇ ਵੀਰ ਨੇ ਗੇੜਾ ਲਾਇਆ ਤੇ ਇਹਦਾ ਵੀ ਜ਼ਰੂਰ ਮਾਣ ਸਨਮਾਨ ਕਰਿਓ। ਬਹੁਤ ਬਹੁਤ ਧੰਨਵਾਦ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਹੀਰ ਸਾਹਿਬ ਸਟੇਜ ਤੇ ਬਿਰਾਜਮਾਨ ਨੇ, ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਸਾਰੀਆਂ ਮਾਣਯੋਗ ਸ਼ਖਸੀਅਤ ਵੱਡੇ ਆਫੀਸਰ ਸਾਹਿਬਾਨ ਅੱਜ ਕਹਿੰਦੇ ਨਿਜ਼ਾਮਦੀਨਪੁਰ ਦੇ ਕੱਪ ਤੇ ਪੁੱਜੇ ਹੋਏ ਹੈ, ਉੱਥੇ ਕਬੱਡੀ ਦੇ ਵੱਡੇ ਖਿਡਾਰੀ ਜਿਹੜੇ ਪੁੱਜੇ ਹੋਏ ਹੈ। ਬਹੁਤ ਬਹੁਤ ਧੰਨਵਾਦ। ਮੇਰਠ ਸਾਡਾ ਵੀਰ ਜੱਸਾ ਜਫਣਾ ਤੋਂ ਪੁੱਜਿਆ ਅਭਿਸ਼ੇਕ ਤਰ, ਧੰਨਵਾਦ ਹੈ ਜੱਸੇ ਵੀਰ ਦਾ, ਔਰ ਬਹੁਤ ਹੀ ਸਤਿਕਾਰਯੋਗ ਸਾਡੇ ਸੋਢੀ ਜੀ ਲੰਮਾਪੁਰ ਤੋਂ, ਜੋਤੀ ਢੱਡਾ ਸੰਨੀ ਜੀ ਲੰਮੇਪੁਰ ਤੋਂ, ਤਰਸੇਮ ਸਿੰਘ ਜੀ ਮੋਖੇ ਸੁੱਖਾ ਸਾਡਾ ਵੀਰ ਸੰਘਵਾਲ ਤੋਂ, ਗੁਰਦੇਵ ਸਿੰਘ ਜੀ ਸੰਘਵਾਲ ਤੋਂ ਪੁੱਜੇ ਹੈ। ਸ਼ਰਨਾ ਰੰਧਾਵਾ ਜੀ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਤੇ ਪਾਲਾ ਜੀ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ, ਜੁਗਲ ਕਿਸ਼ੋਰ ਜੀ ਮੁੱਖ ਸਟੇਜ ਉੱਪਰ ਬੈਠੇ ਹੋਏ ਜੀ, ਸਾਰਿਆਂ ਦਾ ਧੰਨਵਾਦ ਹੈ। ਓਵਰ ਟੂ ਗਰਾਊਂਡ। ਉੱਧਰ ਲਵ ਹਰਮਿੰਦਰ ਸਤਨਾਮ ਸੱਤਾ ਤੇ ਨੇਗੀ, ਪ੍ਰਬੰਧਕਾਂ ਨੇ ਦੱਸਿਆ ਵੀ ਅਸੀਂ ਸਪੈਸ਼ਲ ਤੌਰ ਤੇ ਇਹਨਾਂ ਖਿਡਾਰੀਆਂ ਨੂੰ ਸੱਦਾ ਦਿੱਤਾ ਹੈ ਜਿਹੜੇ ਵਾਲੀਬਾਲ ਦੇ ਖਿਡਾਰੀ ਹੈ। 21,000 ਤੇ 15,000 ਦੇ ਪ੍ਰਾਈਜ਼ ਹੋਣਗੇ ਫਾਈਨਲ ਦੇ ਲਈ, ਪਰ ਹਜੇ ਤੇ ਕਹਿੰਦੇ ਸੈਮੀ ਫਾਈਨਲ ਚੱਲ ਰਿਹਾ ਹੈ। ਨੌਜਵਾਨ ਗੱਭਰੂ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਰਾੜਾ ਸਾਹਿਬ ਦੀ ਟੀਮ ਦੇ ਲਈ।
ਜੌਂਟੀ ਕਲਸੀਆਂ ਵਾਲੇ ਤੋਂ ਬੱਬੇ ਦਾ ਇਬਰਾਹਿਮਪਾਲ ਪਿੰਡ ਹੈ। ਤਲਵਿੰਦਰ ਸੋਨੂੰ ਵੀ ਪੁੱਜਾ ਹੋਇਆ ਪ੍ਰਸਿੱਧ ਕਬੱਡੀ ਖਿਡਾਰੀ ਉਸ ਇਲਾਕੇ ਨੇ ਕਹਿੰਦੇ ਬਲਵਿੰਦਰ ਫਿੱਟੂ ਪੈਦਾ ਕੀਤਾ ਸਾਡੀ ਖੇਡ ਕਬੱਡੀ ਦੀ ਝੋਲੀ ਪਾਇਆ ਪਰ ਜੱਸਾ ਨੌਜਵਾਨ ਗੋਂਦਪੁਰੀਆ ਜਿਲ੍ਹੇ ਹੁਸ਼ਿਆਰਪੁਰ ਦਾ ਜੱਫਾ ਲਾ ਪਾਊ ਕਿ ਨਹੀਂ ਇਹ ਸਮੇਂ ਦੀ ਗੱਲ ਮੇਰੇ ਪੰਜਾਬੀ ਵੀਰੋ ਜਾਂ ਫਿਰ ਸਾਡੇ ਮੱਲੀ ਸਾਹਿਬ ਦੱਸਣਗੇ। ਚੜ੍ਹਦੀ ਕਲਾ ਕਬੱਡੀ ਕਲੱਬ ਵਾਲੇ ਵੀ ਪੁਆਇੰਟ ਜਿਹੜਾ ਉਹ ਜਾਫੀ ਦੇ ਹਿੱਸੇ ਜਾ ਜੁੜਿਆ ਹੈ, ਪੁਆਇੰਟ ਸੰਤ ਈਸਰ ਸਿੰਘ ਕਬੱਡੀ ਕਲੱਬ ਅਰਾੜਾ ਸਾਹਿਬ ਦੀ ਟੀਮ ਦੇ ਹਿੱਸੇ ਜਾ ਜੁੜਿਆ। ਪੱਤੋ ਹੀਰਾ ਸਿੰਘ ਵਰਸਿਜ ਮੌਲੀ ਬੈਦਵਾਨ ਦਾ ਇਸ ਤੋਂ ਅਗਲਾ ਮੁਕਾਬਲਾ ਧਨੌਲੇ ਦੇ ਕਾਲੇ ਵਰਗੇ ਮਹਾਨ ਖਿਡਾਰੀ ਨੇ ਜਿਹੜੇ ਅਗਲੇ ਮੁਕਾਬਲੇ ਦੇ ਲਈ ਬਿਲਕੁਲ ਤਿਆਰ ਨੇ ਪਰ ਬਲਜੀਤ ਸਹਿਤੋਕੇ ਵਾਲਾ ਮੇਰੇ ਵੀਰੋ ਕਰਦਾ ਕੋਸ਼ਿਸ਼ ਹਰ ਜਾ ਪਾਸੇ ਨੌਜਵਾਨਾਂ ਤੇ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ, ਪੁਆਇੰਟ ਮਾੜੂ ਫੁੱਲਾਂ ਵਾਲੀਏ ਦੇ ਹਿੱਸੇ ਜਾ ਜੁੜਿਆ ਮੇਰੇ ਵੀਰੋ। ਸਿਰੇ ਦਾ ਮੈਚ ਹੈ ਕਿ ਮੇਰੇ ਕਲਗੀਆਂ ਵਾਲੇ ਸਤਿਗੁਰ ਵੱਖਰਾ ਪੰਥ ਧਰਮ ਦੀ ਰਾਖੀ ਖਾਤਰ ਆਪਣਾ ਖੂਨ ਵਹਾ ਦਿੱਤਾ ਉਹਨੇ ਗਿੱਦੜੋਂ ਸ਼ੇਰ ਬਣਾਤੇ ਜਿਹੜੇ ਡਰਦੇ ਦੇਰਾਂ ਦੇ ਹੁੰਦੇ ਦੁਨੀਆਂ ਉੱਤੇ ਚਰਚੇ ਲੋਕੋ ਮਰਦ ਦਲੇਰਾਂ ਦੇ ਹੁੰਦੇ ਦੁਨੀਆਂ ਉੱਤੇ ਚਰਚੇ ਲੋਕੋ ਮਰਦ ਦਲੇਰਾਂ ਦੇ। ਲਓ ਨੌਜਵਾਨ ਹਰਮਨ ਗੋਸਲਾਂ ਵਾਲਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਬੜਾ ਫਸਵਾਂ ਮੁਕਾਬਲਾ ਇਸ ਵੇਲੇ ਅੱਜ ਦੇ ਦਿਨ ਦੇ ਤੀਜਾ ਜਿਹੜਾ ਮੈਚ ਇਸ ਵੇਲੇ ਪਾਕਿਸਤਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਇੱਕ ਪਾਸੇ ਤਾਊ ਹੈਰੀਟੇਜ ਕਬੱਡੀ ਕਲੱਬ ਘੁੱਗ ਸ਼ੋਰ ਹੈ ਸੁੱਖੇ ਉਹਨਾਂ ਦੀ ਖੇਡ ਕਲੱਬ ਹੈ ਸੁੱਖਾ ਸੰਭਾਲ ਵਾਲਾ ਕਹਿੰਦੇ ਨਾਲ ਮੇਰੇ ਵੀਰ ਸਾਡੇ ਵੀਰ ਇੱਧਰ ਖੇਡ ਮੈਦਾਨ ਦੇ ਵਿੱਚ ਜੱਸਾ ਨੌਜਵਾਨ ਜਲਾਲ ਦੀ ਵਾਲ ਦਾ ਆਪਣੇ ਸਾਥੀਆਂ ਦੇ ਨਾਲ ਪੁੱਜਾ ਹੋਇਆ ਤੇ ਦੂਜੇ ਪਾਸੇ ਸੰਤ ਈਸਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਮਹਾਨ ਕਬੱਡੀ ਖਿਡਾਰੀ ਧਨੌਲੇ ਵਾਲਾ ਜਗਤਾਰ ਸੁਖਪਾਲੀ ਜਿਨ੍ਹਾਂ ਨੇ ਪ੍ਰਧਾਨਗੀ ਕਮੇਟੀ ਕੀਤੀ ਕੈਨੇਡਾ ਵੈਸਟ ਕਬੱਡੀ ਫੈਡਰੇਸ਼ਨ ਦੀ ਉਹਨਾਂ ਦੀ ਟੀਮ ਹੈ ਔਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਜੌਲੀ ਬੱਲਪੁਰੀਆਂ ਦਾ ਨੰਨੀ ਨੂੰ ਕਹਿੰਦੇ ਨੰਨੀ ਦੇ ਮਾਮਾ ਜੀ ਸੋਨੀ ਬਾਹੋਪੀਆ ਇਹ 500 ਰੁਪਏ ਦਾ ਮਾਨ ਸਨਮਾਨ ਪੁੱਜਦਾ ਕਰਦੇ ਲੈ ਵੀ ਨੰਨੀ 2000 ਰੁਪਇਆ ਤੇਰਾ ਜਿਹੜਾ ਮੇਰੇ ਕੋਲ ਹੈ ਬਾਅਦ ਵਿੱਚ ਆ ਕੇ ਪ੍ਰਾਪਤ ਕਰ ਲਈ ਮਹਾਨ ਦਾ ਮਾਣ ਕੀਤਾ ਜਾ ਰਿਹਾ ਹੈ। ਉਧਰ ਹੈਪੀ ਵੀ ਸੈਂਪਲੀ ਵਾਲਾ ਪੁੱਜਿਆ ਹੋਇਆ ਹੈ ਭਾਵੇਂ ਅੱਜ ਨਹੀਂ ਖੇਡ ਰਿਹਾ ਨੌਜਵਾਨ ਪਰ ਆਪਣੀ ਟੀਮ ਦੇ ਨਾਲ ਕਹਿੰਦੇ ਜ਼ਰੂਰ ਪੁੱਜਿਆ ਮੇਰੇ ਵੀਰ ਪਰ ਖੇਡ ਮੈਦਾਨ ਦੇ ਵਿੱਚ ਚੌਂਟੀ ਕਲਸੀਆਂ ਵਾਲਾ 13 ਫਰਵਰੀ ਨੂੰ ਮੋਟਰਸਾਈਕਲ ਦਿੱਤਾ ਜਾਣਾ ਕੜੀ ਨੰਗਲ ਦੇ ਟੂਰਨਾਮੈਂਟ ਤੇ ਇਸ ਨੌਜਵਾਨ ਨੂੰ ਆਸਟਰੀਆ ਵਾਲੇ ਚਮਕੀਲੇ ਵੱਲੋਂ ਜੱਗੇ ਦਿਓਲ ਹੋਣਾ ਵੱਲੋਂ ਮਾਣ ਕੀਤੇ ਜਾਣਗੇ ਪਰ ਵੇਖਣਾ ਨੌਜਵਾਨ ਕਰਦਾ ਕੋਸ਼ਿਸ਼ ਤੇ ਮਾੜੂ ਫੁੱਲਾਂ ਵਾਲ ਦਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ। ਇੱਕ ਇੱਕ ਕਬੱਡੀ ਦਾ ਇਸ਼ਾਰਾ ਸਾਡੇ ਪੰਡਿਤ ਮਦਨ ਗੋਪਾਲ ਜੀ ਮੱਧੂ ਹੋਣਾ ਵੱਲੋਂ ਹੋ ਗਿਆ ਜਿਨ੍ਹਾਂ ਨੂੰ ਕਹਿੰਦੇ ਮੇਰੇ ਵੀਰੋ ਖਜੂਰਲੇ ਦੇ ਕਬੱਡੀ ਕੱਪ ਦੇ ਦਸ਼ਮੇਸ਼ ਕਬੱਡੀ ਕਲੱਬ ਟੀਪੂਕੀ ਵੱਲੋਂ ਬੈਂਸ ਹੋਣਾ ਵੱਲੋਂ ਤੇ ਨਾਲ ਕਹਿੰਦੇ ਬਲਵੀਰ ਨਿਊਜ਼ੀਲੈਂਡ ਹੋਣਾ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਸਵਿਫਟ ਗੱਡੀ ਦੇ ਮਾਨ ਸਨਮਾਨ ਬਖਸ਼ੇ ਗਏ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇਬਰਾਹਿਮ ਬਾਲ ਦਾ ਬੱਬਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਚੱਲਦਾ ਹੋਇਆ ਮੈਚ। ਇੱਕ ਰੇਡ ਬਾਕੀ ਇਸ ਮੈਚ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਮਨਜਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਸਰਪੰਚ ਰਵੀ ਫੰਗੂਰਾ ਜੀ ਜਰਨੈਲ ਸਿੰਘ ਜੀ ਨੂਸੀ ਤੋਂ ਪੁੱਜੇ ਨੇ ਸੋਢੀ ਬੱਬੂ ਨੂਸੀ ਸਾਬੀ ਸਰਪੰਚ ਸੁਖਦੇਵ ਸਿੰਘ ਕਾਲੋ ਤੇ ਰਾਣਾ ਸਰਪੰਚ ਜੀ ਪੁੱਜੇ ਨੇ ਜੀ ਧੰਨਵਾਦ ਹੈ ਉਹਨਾਂ ਦਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਜੀਤ ਸਿੰਘ ਜੀ ਬਲਾਕ ਸੰਮਤੀ ਮੈਂਬਰ ਕਿੰਗਰਾ ਚੋਵਾਲਾ ਸੁਖਦੇਵ ਸਿੰਘ ਜੀ ਕਿੰਗਰਾ ਚੋਵਾਲਾ ਤੋਂ ਪੁੱਜੇ ਨੇ ਗੁਰਬਖਸ਼ ਸਿੰਘ ਜੀ ਕਿੰਗਰੇ ਤੋਂ ਤੇ ਸਤਨਾਮ ਸਿੰਘ ਜੀ ਕਿੰਗਰੇ ਤੋਂ ਪੁੱਜੇ ਹੈ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਸਾਰੇ ਸਤਿਕਾਰਯੋਗ ਸਾਥੀਆਂ ਦਾ ਸ਼ਿੰਦਾ ਜੀ ਨਿਜ਼ਾਮ ਤੀਨਪੁਰ ਵਾਲਿਆਂ ਵੱਲੋਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਹੈ। ਬਹੁਤ ਬਹੁਤ ਜੀਆਂ ਨੂੰ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਹੈ ਜੀ।
ਆਲਮਗੀਰ ਜੀ ਸਾਡੇ ਵੀਰ ਅਗਲੇ ਮੈਚ ਦੇ ਲਈ ਖੇਡ ਮੈਦਾਨ ਦੇ ਵਿੱਚ ਆਉਣਗੇ। ਨੰਨੀ ਦਾ 2000 ਰੁਪਇਆ ਜਿਹੜਾ ਮੇਰੇ ਕੋਲ ਹੈ ਮੇਰੇ ਤੋਂ ਅੱਗੇ ਪ੍ਰਾਪਤ ਕਰ ਲਵੇ ਨੰਨੀ ਗੋਪਾਲਪੁਰੀਆ। ਉਧਰ ਛੋਟਾ ਜਿਹਾ ਬੱਚਾ ਹੈ, ਹਾਂਜੀ 14 ਇੰਟਾਂ ਚੱਕਣੀਆਂ ਦਾ ਵੀ ਮਾਣ ਜ਼ਰੂਰ ਕਰਿਓ। ਬਲਵਿੰਦਰ ਸਿੰਘ ਜੀ ਸਾਬਕਾ ਸਰਪੰਚ ਦੌਲਤਪੁਰ ਵਾਲੇ ਸਾਡੇ ਦਰਮਿਆਨ ਪੁੱਜੇ ਹੈ, ਬਹੁਤ ਬਹੁਤ ਧੰਨਵਾਦ ਹੈ ਜੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਸਾਡੇ ਦਰਮਿਆਨ ਪੁੱਜੇ ਆ, ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਜੀਆਂ। ਗੁਰਪ੍ਰਤਾਪ ਸਿੰਘ ਜੀ ਬੜਾਲਾ ਸਾਹਿਬ ਕੁਝ ਪਲਾਂ ਦੇ ਵਿੱਚ ਸਾਡੇ ਦਰਮਿਆਨ ਪੁੱਜ ਰਹੇ ਨੇ।